ਪਿਛਲੇ ਦਿਨੀ ਜਿਹੜੀਆਂ ਬਹੁਤ ਭਾਰੀ ਬਾਰਿਸ਼ਾਂ ਪਈਆਂ ਸੀ ਸਾਡੇ ਇਲਾਕੇ ਵਿੱਚ, ਉਸ ਬਾਰਿਸ਼ ਦੇ ਸਮੇਂ ਸਾਡੇ ਇਸ ਨਗਰ ਸਫੀਪੁਰ ਖੁਰਦ ਹਲਕਾ ਦਿੜਬਾ ਵਿਖੇ ਦੋ ਘਰਾਂ ਦੀਆਂ ਜਿਹੜੀਆਂ ਛੱਤਾਂ ਸੀਗੀਆਂ ਉਹ ਪਰਿਵਾਰਾਂ ਉੱਤੇ ਡਿੱਗ ਪਈਆਂ ਸੀਗੀਆਂ ਅਤੇ ਪਰਿਵਾਰਾਂ ਦੇ ਸੱਟਾਂ ਵੀ ਲੱਗੀਆਂ ਸੀ ਅਤੇ ਬਹੁਤ ਗਰੀਬੀ ਰੇਖਾ ਤੋਂ ਹੇਠਾਂ ਇਹ ਜਿਉਣ ਵਾਲੇ ਪਰਿਵਾਰ ਸੀ, ਕਮਜ਼ੋਰ ਘਰ ਸੀਗੇ। ਅਤੇ ਉਸ ਸਮੇਂ ਵੱਡੀਆਂ ਵੱਡੀਆਂ ਖਬਰਾਂ ਲੱਗੀਆਂ ਸੀ ਕਿ ਇੱਥੇ ਘਰ ਗਿਰੇ ਨੇ, ਛੱਤਾਂ ਗਿਰੀਆਂ ਨੇ। ਤਾਂ ਮੈਂ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਦੇਖਣ ਵਾਸਤੇ ਮੌਕਾ ਆਇਆ ਸੀ ਸਰਪੰਚ ਸਾਹਿਬ ਨੂੰ ਲੈ ਕੇ ਨਾਲ, ਅਤੇ ਅਸੀਂ ਦੇਖਿਆ ਅਤੇ ਬਾਅਦ ਬਹੁਤ ਜ਼ਿਆਦਾ ਗਰੀਬੀ ਅਤੇ ਜਿਸ ਤਰ੍ਹਾਂ ਘਰਾਂ ਦੀਆਂ ਛੱਤਾਂ ਪਰਿਵਾਰਾਂ ਉੱਤੇ ਡਿੱਗ ਪਈਆਂ, ਸੱਟਾਂ ਲੱਗੀਆਂ, ਬੜਾ ਮਨ ਦੁਖੀ ਹੋਇਆ। ਅਤੇ ਅਸੀਂ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਜਥੇਬੰਦੀ ਹੈ, ਹਮੇਸ਼ਾ ਜਿੱਥੇ ਕੋਈ ਦੁੱਖ ਹੁੰਦਾ ਜਾਂ ਕੋਈ ਕਿਸੇ ਨੂੰ ਆਫਤ ਆਉਂਦੀ ਹੈ ਅਤੇ ਭਾਵੇਂ ਸੰਸਾਰ 'ਚ ਆਵੇ, ਦੇਸ਼ 'ਚ ਆਵੇ, ਪੰਜਾਬ 'ਚ ਆਵੇ, ਅਤੇ ਉੱਥੇ ਉਹਨਾਂ ਦੇ ਦੁੱਖ ਦੀ ਘੜੀ ਨਾਲ ਖੜ੍ਹਦੀ ਹੈ। ਉਸੇ ਲੜੀ ਦੇ ਤਹਿਤ ਹੀ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਬੇਨਤੀ ਕੀਤੀ, ਫੋਨ 'ਤੇ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਹਾਲਾਤ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜਿੰਨਾ ਤੁਸੀਂ ਜਾਇਜ਼ ਮੁਆਵਜ਼ਾ ਸਮਝਦੇ ਹੋ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਾਂ ਉਹਨਾਂ ਦੀ ਸਹਾਇਤਾ ਕਰਾਂਗੇ। ਤਾਂ ਅੱਜ ਮੈਂ ਉਸੇ ਕਹਿਣ ਦੇ ਉੱਤੇ 50-50 ਹਜ਼ਾਰ ਦੋ ਪਰਿਵਾਰਾਂ ਨੂੰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੈੱਕ ਲੈ ਕੇ ਅੱਜ ਇਹਨਾਂ ਨੂੰ ਭੇਟ ਕਰ ਰਿਹਾ। ਅਤੇ ਮੈਂ ਸਮਝਦਾ ਕਿ ਇਹ ਗੁਰੂ ਸਾਹਿਬ ਦੇ ਦੱਸੇ ਰਸਤਿਆਂ 'ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੀਬਾਂ ਦੀ ਸਹਾਇਤਾ ਵਾਸਤੇ ਇਹ ਕਾਰਜ ਜਿਹੜਾ ਕਰ ਰਹੀ ਹੈ, ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਸਮੇਂ-ਸਮੇਂ 'ਤੇ ਸਰਕਾਰਾਂ ਵੀ ਵੱਡਾ ਦਾਅਵਾ ਕਰਦੀਆਂ ਨੇ ਕਿ ਅਸੀਂ ਜਿਹੜਾ ਹੈਗਾ ਇਹਨਾਂ ਦਵੇ ਕੁਚਲੇ ਲੋਕਾਂ ਦੀ ਸਹਾਇਤਾ ਦੇ ਲਈ ਹਰ ਟਾਈਮ ਖੜ੍ਹੇ ਹਾਂਗੇ। ਵੱਡੇ ਜਿਹੜੇ ਪੈਕੇਜ ਨੇ ਉਹ ਵੀ ਰੱਖੇ ਜਾਂਦੇ ਨੇ, ਫਿਰ ਹਜੇ ਤੱਕ ਕਾਗਜ਼ੀ ਕਾਰਵਾਈ ਜਿਹੜੀ ਕਿਉਂ ਜਿਹੜੀ ਹੈਗੀ ਜਾਰੀ ਹੈਗੀ? ਸਰਕਾਰਾਂ ਤਾਂ ਦੇਖੋ, ਜੇ ਮੈਂ ਕਹਾਂ ਕਿ ਭਾਵੇਂ ਵਾਅਦੇ ਕਰਦੀਆਂ ਨੇ, ਉਹ ਚੋਣਾਂ ਵਕਤ ਵਾਅਦੇ ਕਰਦੀਆਂ ਨੇ ਵੱਡੇ ਵੱਡੇ, ਅਤੇ ਲੋਕਾਂ ਦੇ ਨਾਲ ਆਪਣੇ ਵਾਅਦਿਆਂ 'ਤੇ ਪੂਰਾ ਨਹੀਂ ਉਤਰਦੇ। ਅੱਜ ਤੁਸੀਂ ਇਸ ਨਗਰ ਵਿੱਚ ਦੇਖੋ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਸਰਕਾਰ ਦਾ ਕੋਈ ਮੰਤਰੀ ਜਾਂ MLA ਇਸ ਨਗਰ 'ਚ ਨਹੀਂ ਪਹੁੰਚਿਆ, ਇਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਸਹਾਇਤਾ ਦੀ ਗੱਲ ਤਾਂ ਬਹੁਤ ਵੱਡੀ ਦੂਰ ਹੈ। ਇਸ ਕਰਕੇ ਇਹ ਤਾਂ ਸਰਕਾਰ ਹੈ ਜਿਹੜੀ, ਆਪਾਂ ਨੂੰ ਪਤਾ ਹੈ ਤਾਂ ਗੱਲਾਂ ਦੀ ਸਰਕਾਰ ਹੈ, ਅਤੇ ਜ਼ਮੀਨ ਪੱਧਰ 'ਤੇ ਇਹਨਾਂ ਦੀ ਕੋਈ ਸੇਵਾ ਨਹੀਂ ਹੈ। ਇਹੀ ਮਦਦ ਕਰ ਰਹੇ ਨੇ ਜੀ, ਹੋਰ ਕੋਈ ਨਹੀਂ, ਕਿਸੇ ਨੇ ਨਹੀਂ ਕਰਿਆ ਹੈਗੀ ਮਦਦ, ਕੋਈ ਨਹੀਂ ਆ ਕੇ ਖੜਿਆ ਹੈਗਾ। ਸਾਡਾ ਮਕਾਨ ਨੂੰ ਇੰਨੇ ਚਿਰ ਹੋ ਗਿਆ ਡਿੱਗੇ ਨੂੰ, ਕੋਈ ਨਹੀਂ ਆ ਕੇ ਖੜਿਆ ਹੈਗਾ। ਕੀ ਕਾਰਨ ਹੋ ਗਿਆ ਸੀ ਮਕਾਨ ਡਿੱਗਣ ਦਾ? ਮੀਂਹ ਕਾਰਨ ਡਿੱਗੇ ਨੇ ਜੀ ਮਕਾਨ। ਕੋਈ ਅਧਿਕਾਰੀ ਕੋਲੇ, ਕੋਈ ਸਰਕਾਰੀ ਅਧਿਕਾਰੀ ਕੋਲੇ ਐਪਲੀਕੇਸ਼ਨ ਦਿੱਤੀ ਤੁਸੀਂ, ਕੰਪਲੇਂਟ ਕੀਤੀ ਸੀਗੀ? ਨਾ ਜੀ। ਤੇ ਅਰਜੀ ਦਿੱਤੀ ਸੀ ਕੋਈ? ਇੱਕ ਦਿੱਤੀ ਹੋਈ ਹੈ ਜੀ, ਉਹ ਵੀ ਲੈ ਗਏ ਤੇ ਕੋਈ ਫਿਰ ਸੁਣਵਾਈ ਹੋਈ ਨਹੀਂ ਉਸ ਤੋਂ ਬਾਅਦ? ਨਾ ਜੀ, ਨਾ ਜੀ, ਕਿਸੇ ਨੇ ਨੀ, ਮਹੀਨਾ ਹੋ ਗਿਆ ਵੀਰ ਜੀ, ਕਿਸੇ ਨੇ ਨੀ ਸਾਰ ਲਏਗੀ, ਨਾ ਕੋਈ ਸਰਕਾਰ ਦਾ, ਨਾ ਕਿਸੇ ਨੇ ਕੋਈ ਨੀ ਸਾਡੀ ਸਹਾਇਤਾ ਕੀਤੀ। ਕਿੰਨੇ ਮੈਂਬਰ ਹੋ ਟੋਟਲ ਤੁਸੀਂ? ਅਸੀਂ 3 ਮੈਂਬਰ ਆ ਜੀ, ਇੱਕ ਮੇਰੀ 6 ਮਹੀਨੇ ਦੀ ਗੁੜੀ ਆ। ਹੁਣ ਕੌਣ ਪਹੁੰਚਿਆ ਤੁਹਾਡੇ ਕੋਲ? ਮਤਲਬ ਸਾਡੇ ਕੋਲ ਤੇਜਾ ਸਿੰਘ ਕਮਾਲਪੁਰ ਦੇ ਸਰ ਪਹੁੰਚੇ ਆ ਜੀ, ਇਹਨਾਂ ਨੇ ਸਾਨੂੰ 50,000 ਦਾ ਚੈੱਕ ਦਿੱਤਾ। ਹਾਂਜੀ, ਛੱਤ ਪਾਉਣ ਵਾਸਤੇ। ਕਿਹਦੇ ਵੱਲੋਂ ਦਿੱਤਾ ਗਿਆ? ਕਮੇਟੀ, ਗੁਰਦੁਆਰਾ ਕਮੇਟੀ ਵੱਲੋਂ ਦਿੱਤਾ ਗਿਆ ਜੀ। ਹਾਂਜੀ, ਹੋਰ ਕੋਈ ਨਾ ਜੀ, ਕੋਈ ਨਹੀਂ ਇੱਥੇ ਸਾਡੇ ਕੋਲ ਪਹੁੰਚਿਆ, ਨਾ ਕੋਈ ਸਰਕਾਰ ਦਾ ਬੰਦਾ, ਨਾ ਕੋਈ ਪੈਸਾ, ਕੁਛ ਨਹੀਂ ਸਾਨੂੰ। ਹਾਂਜੀ, ਵੋਟਾਂ ਲੈਣ ਆਉਂਦੇ ਆ, ਕਹਿ ਦਿੰਦੇ ਜੋ ਤੁਹਾਡੀ ਮਦਦ ਹੋਊਗੀ ਕਰਾਂਗੇ, ਮੁੜ ਕੇ ਕੋਈ ਵੋਟ ਦਾ ਨਹੀਂ ਹੈਗਾ ਜੀ। ਹਾਂਜੀ, ਕੋਈ ਮਦਦ ਨਹੀਂ ਕੀਤੀ ਸਾਡੀ। ਕੀ ਕਹਿਣਾ ਚਾਹੁੰਦੇ ਹੁਣ ਸਰਕਾਰ ਨੂੰ? ਅਸੀਂ ਇਹ ਕਹਿਣਾ ਚਾਹੁੰਦੇ ਵੀ ਵੱਧ ਤੋਂ ਵੱਧ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ।